ਸਭ ਤੋਂ ਪਹਿਲਾਂ ਵਤਨਾਂ ਦੂਰ ਵਸਦੇ ਪੰਜਾਬੀ ਭੈਣਾਂ ਭਰਾਵਾਂ ਬੱਚੇ ਬਜ਼ੁਰਗਾਂ ਸਭ ਨੂੰ ਅਦਬ ਅਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਜੋਗਿੰਦਰ ਵਾਸੀ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਤੁਹਾਡੇ ਦਰਸ਼ਨ ਕਰਨ ਦਾ ਗੀਤ ਸੰਗੀਤ ਰਾਹੀਂ ਤੁਹਾਡੀ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਦਾ ਧੰਨਵਾਦ। ਮੈਂ ਧੰਨਵਾਦ ਕਰਦਾ ਸੇਵੀ ਢਿੱਲੋਂ ਦਾ ਜਿਹੜੇ ਸਾਨੂੰ ਲੈ ਕੇ ਆਏ ਨੇ। ਧੰਨਵਾਦ ਕਰਦਾ ਗੁਰਤੇਜ ਜੀ ਦਾ ਪੱਟੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬੜੀ ਸੇਵਾ ਕੀਤੀ ਹੈ। ਮੈਂ ਬਹੁਤ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਟਾਈਮ ਲਿਮਿਟਿਡ ਹੁੰਦਾ। ਮੈਂ ਆਪ ਜੀ ਦੇ ਸਾਹਮਣੇ ਮੈਂ ਅਤੇ ਬੀਬੀ ਸੁਰਜੀਤ ਜੀ ਦੋ ਤਿੰਨ ਦੁਕਾਨੇ ਰੱਖਾਂਗੇ। ਖੈਰ ਗਾਇਆ ਤਾਂ ਬਹੁਤ ਕੁਛ ਹੈ, ਕਈਆਂ ਦੀ ਫਰਮਾਇਸ਼ਾਂ ਵੀ ਨੇ, ਪਰ ਟਾਈਮ ਥੋੜ੍ਹਾ ਦੀ ਮਤਲਬ ਦੇਖ ਕੇ ਸਾਰਾ ਕੁਝ ਉਹੀ ਕੁਛ ਕਰਾਂਗੇ। ਪਰੰਪਰਾ ਦੇ ਅਨੁਸਾਰ ਕੋਈ ਵੀ ਕੰਮ ਸ਼ੁਰੂ ਕਰੀਏ ਗੁਰੂ ਮਹਾਰਾਜ ਦਾ ਨਾਂ ਉਹਦੀ ਓਟ ਉਹਦਾ ਆਸਰਾ ਲੈ ਕੇ ਕੰਮ ਸ਼ੁਰੂ ਕਰਨਾ ਚਾਹੀਦਾ। ਤਾਂ ਮੈਂ ਦੋ ਜਹਾਨ ਦੇ ਵਾਲੀ ਕਲੀਆਂ ਵਾਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਦੋ ਲਾਈਨਾਂ ਕਹਿ ਕੇ ਫਿਰ ਦੁਗਾਣਾ ਪੇਸ਼ ਕਰਾਂਗੇ। ਤੁਹਾਡੀ ਸੇਵਾ ਦੇ ਵਿੱਚ ਦੋ ਗਾਣਾ ਮੈਂ ਤੇ ਬੀਬੀ ਸੁਖਜੀਤ ਜੀ। ਦੇਖੋ ਦੋਸਤੋ ਜਿਹਨਾਂ ਸੱਜਣਾਂ ਨੇ ਸਾਡੀ ਸਟੇਜ ਦੇਖੀ ਹੈ ਜਿਹਨਾਂ ਸੱਜਣਾਂ ਸਾਡੀ ਸਟੇਜ ਦੇਖੀ ਹੈ ਉਹ ਜਾਣਦੇ ਨੇ ਸਾਡੀ ਮਨੋਰੰਜਨ ਦੀ ਸਟੇਜ ਹੈ। ਸਾਡੇ ਗੀਤਾਂ ਵਿੱਚ ਆਮ ਤੌਰ ਤੇ ਕੁਝ ਹਾਸਾ ਕੁਝ ਠੱਠਾ ਕੁਝ ਚੋਲ ਬੋਲ ਕੁਝ ਛੇੜਛਾੜ ਕੁਝ ਕੁਦਕਦਾਲੀਆਂ ਪੁਰਾਣੇ ਕਲਾਕਾਰ ਹੋਣ ਦੇ ਨਾਤੇ ਪੁਰਾਣੇ ਗੀਤ ਸ਼ੁਰੂ ਕਰਦੇ ਹੈ। ਆਸ ਕਰਦਾ ਕਹਿਰ ਨਾਲ ਸੁਣ ਦੀ ਕਿਰਪਾ ਕਰੋਗੇ। ਬੜਾ ਦਿਲਾ ਵਰੂ ਇੱਕ ਫੌਜੀ ਨੌਜਵਾਨ ਛੁੱਟੀ ਆਇਆ ਤਾਂ ਘਰ ਵਾਲੇ ਬੜੇ ਖੁਸ਼ ਨੇ। ਮਾਂ ਦਿਓ ਭੈਣ ਭਰਾ ਘਰ ਵਾਲੀ ਬੜੀ ਖੁਸ਼ ਹੈ। ਦੋਵਾਂ ਦੇ ਚੁਬਾਰੇ ਤੇ ਮੰਜੇੜਾ ਦਿੱਤੇ ਗਏ ਦੁੱਧ ਦਾ ਛੰਡਾ ਲੈ ਕੇ ਮੁਟਿਆਰ ਗੱਭਰੂ ਕੋਲੇ ਪੁੱਜੀ ਤਾਂ ਦੋਨੋਂ ਆਪਸ ਪਿਆਰ ਦੀਆਂ ਗੱਲਾਂ ਕਰਦੇ ਨੇ। ਤੇਰਾ ਗੌਰ ਨਾਲ ਸੁਣਨਾ ਹੈ ਮੇਰਾ
Thank you.
Give our
ਤੇਰੇ ਨੂੰ ਦੀਆਂ ਹੁਣ ਕਿਉਂ ਤੇਰੇ ਨੂੰ ਦੀਆਂ ਲਾਉਂਦੀ
ਦੀ ਬਾਰਾ ਕਾਲੀ ਬਣਦੀ ਏ ਅਮਰ ਨਹੀਂ ਜਾਂਦਾ ਇੱਕ ਸਾਲੀ ਬਣਦੀ ਏ ਮੈਂ ਤਾਂ ਨਾਲ ਸਾਰਾ ਸੇਵਾ ਕਰਨ ਦਾ ਜ਼ਰੂਰ ਹੱਥ ਹੋ ਕੇ ਸੇਵਾ ਕਰੇ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।